ਕੁੱਲੜ ਪਜਾਮੇ ਗੱਲ ਕਰਦੇ ਆ, ਇੱਕ ਪੰਜਾਬੀ ਸੂਟ ਚ ਬਣਾ ਉਹ ਜਿਵੇਂ ਸਲੀਵਲੈਸ ਚ ਬਣਾਉਣ ਲੱਗ ਗਏ, ਕੁਝ ਚੀਜ਼ਾਂ ਤੇ ਥੋੜਾ ਜਿਹਾ ਹੈਗੇ ਆ ਗਲਤ ਵੀ, ਇਹ ਚੀਜ਼ਾਂ ਨਾ ਬਣਾਉਣ, ਸਿੰਪਲ ਵੀਡੀਓ ਬਣਾ ਲੈਣ। ਅੱਛਾ ਜੀ, ਤੁਸੀਂ ਕਰੋ ਤੇ ਚਮਤਕਾਰ, ਪਰ ਕੋਈ ਹੋਰ ਕਰੇ ਤਾਂ ਬਲਤਕਾਰ ਹੈ। ਆਪਣੀ ਕੁੜੀ ਨੂੰ ਪਹਿਲਾਂ ਸਮਝਾਉਣਾ ਹੈ ਨਾ ਕਿ ਤੂੰ ਥੋੜਾ ਜਿਹਾ ਰੁਕ ਜਾ, ਜੇ ਵੀਡੀਓ ਨਾ ਪਾ ਤੇ ਜੇ ਪਾਣੀ ਆ ਨਾ ਪੰਜਾਬੀ ਸੂਟ ਚ ਪਾਇਆ ਕਰ। ਇਹ ਸਭ ਦੋਗਲਾਪਨ ਹੈ, ਮੈਂ ਤੇਰਾ ਦੋਗਲਾਪਨ ਉਤਾਰਦਾ ਹਾਂ। ਚੱਲ ਕੁੜੀ ਤੇਰੀ ਨਹੀਂ ਮੰਨਦੀ ਹੋਵੇਗੀ ਤੇਰੀ ਗੱਲ, ਮੰਨਿਆ ਕੁੜੀ ਕਹਿਣੇ ਬਾਹਰ ਹੈ ਤੇ ਨੂੰ ਸਮਝਾ ਸਕਦਾ ਹੈ ਨਾ, ਨੂੰ ਤੇਰੀ ਕਿਹੋ ਜਿਹੇ ਕੱਪੜੇ ਪਾਉਂਦੀ ਹੈ। ਇਸ ਲਈ ਸਿਆਣੇ ਕਹਿੰਦੇ ਆ ਕਿਸੇ ਨੂੰ ਕਹਿਣ ਤੋਂ ਪਹਿਲਾਂ ਆਪਣੀ ਪੀੜ ਤੇ ਸੋਟਾ ਮਾਰ ਲਵੋ। ਪਰ ਨਰੁੱਲਾ ਜੀ ਦੂਜਿਆਂ ਨੂੰ ਸਮਝਾਉਣ ਚੱਲੇ ਆ, ਆਪਣਾ ਘਰ ਸਾਂਭਿਆ ਨਹੀਂ ਜਾਂਦਾ ਤੇ ਦੂਜਾ ਇਹ ਘਰ ਦੀ ਫਿਕਰ ਚੱਕੀ ਫਿਰਦੇ ਆ। ਤੁਸੀਂ ਕਲੀਅਰ ਕਰ ਸਕਦੇ ਤੁਹਾਡਾ ਵੇ ਕੀ ਸੀਗਾ ਕਹਿਣ ਦਾ? ਮੇਰਾ ਵੇ ਇਹ ਸੀਗਾ, ਉਹਦੇ ਨਾ ਇੱਕ ਸਿੰਗਲ ਪੀਸ ਪਾਇਆ ਹੋਇਆ ਸੀ, ਡਰੈਸ ਪਾਈ ਵੀ ਸੀ ਕੋਈ, ਕੁਛ ਥੋੜੇ ਤੇ ਬੋਡੀ ਪਾਰਟ ਅਲੱਗ-ਅਲੱਗ ਦੇਖਦੇ। ਮੈਂ ਕਹਿਣਾ ਤਾਂ ਇਹ ਜਾਂਦਾ ਸੀ, ਬੰਦਾ ਪੁੱਛਣ ਵਾਲਾ ਹੋਵੇ ਤੇਰੀ ਉਮਰ ਬੋਡੀ ਪਾਰਟ ਦੇਖਣ ਦੀ, ਇਹੋ ਜਿਹੇ ਹੁੰਦੇ ਆ ਅੰਕਲ, ਧੀ ਧੀ ਗਿਆ ਨਾ ਕਦੋਂ ਹੱਥ ਫੇਰ ਜਾਣ ਧੀ ਨੂੰ ਪਤਾ ਲੱਗਦਾ। ਥੋੜੀ ਡਰੈਸ ਥੋੜੀ ਮੈਨੂੰ ਵਧੀਆ ਨਹੀਂ ਲੱਗੀ ਸੀ ਉਹ। ਹਾਂ ਤੂੰ ਤਾਂ ਜਿਵੇਂ ਬੁਰਕਾ ਪਾ ਕੇ ਵੀਡੀਓ ਬਣਾਉਂਦੀ ਆ, ਤੂੰ ਹੀ ਆ ਨਾ ढेड दे किदा कड्या जिवें गुड न्यूज आने वाली होवे। क्या साबित करना चाहता है तू? क्या साबित करना चाहता है तू? ओ कुछ नहीं जी, साबित करना चाहती है, कहंदी गड्डी पाए पुरानी हो गई है पर माइलेज अज भी उन्नी देंदी भी है। ਬਿਲਕੁਲ ਵੀ ਦਿਮਾਗ ਨੂੰ ਯੂਜ਼ ਨਹੀਂ ਕਰਨਾ ਚਾਹੀਦਾ, ਦਿਮਾਗ ਆਪਣੀ ਚੀਜ਼ ਹੈ, ਜਿੰਨਾ ਘੱਟ ਯੂਜ਼ ਕਰੋਗੇ ਉਨਾ ਵਧੀਆ ਹੈ, ਜ਼ਿਆਦਾ ਯੂਜ਼ ਕਰੋਗੇ ਕਿਸ ਜੂਗਾ। ਜੇ ਦਿਮਾਗ ਯੂਜ਼ ਕਰਦੀ ਹੁੰਦੀ ਨਾ ਤੇ ਅੱਜ ਰਿਪੋਰਟ ਨਹੀਂ ਸੀ ਹੋਣਾ ਤੂੰ। ਮੈਂ ਇੱਕ ਪੇਜ ਦੀ ਪ੍ਰੋਮੋਸ਼ਨ ਕੀਤੀ ਸੀ ਸੰਧੂ ਅਸਾਈਨਮੈਂਟਸ ਕਰਕੇ, ਠੀਕ ਹੈ, ਕਾਲਜ ਵੱਲੋਂ ਮੇਲ ਆਈ ਕਿ ਆਪਾਂ ਸਾਨੂੰ ਸਰਟੀਫਿਕੇਟ ਨਹੀਂ ਪ੍ਰੋਵਾਈਡ ਕਰਨਾ, ਜੋ ਤੁਸੀਂ ਡਿਪਲੋਮਾ ਕੀਤਾ ਸਾਨੂੰ ਸਰਟੀਫਿਕੇਟ ਨਹੀਂ ਮਿਲੂਗਾ। ਹੁਣ ਤੁਸੀਂ ਕਿਸੇ ਦੀ ਕੰਪਲੇਂਟ ਕਰਤੀ ਆ ਵਿਊਜ਼ ਲਈ, ਹੈ ਨਾ, ਤੁਸੀਂ ਕਿਸੇ ਤੇ ਵੀਡੀਓ ਬਣਾ ਕੇ ਪਾਤੀ ਟਿਕਟੋਕ ਤੇ। ਮੇਰੀ ਗੱਲ ਧਿਆਨ ਨਾਲ ਸੁਣਿਓ, ਇਹ ਕਹਿੰਦੀ ਪਈ ਆ ਕਿ ਸੰਧੂ ਅਸਾਈਨਮੈਂਟ ਦੀ ਮੈਂ ਨਾ ਪ੍ਰੋਮੋਸ਼ਨ ਕੀਤੀ ਤੇ ਉਹਦੇ ਕਰਕੇ ਮੈਨੂੰ ਨਾ ਸਕੂਲ ਤੋਂ ਸਰਟੀਫਿਕੇਟ ਨਹੀਂ ਮਿਲਿਆ ਡਿਪਲੋਮਾ ਕੀਤਾ ਜਿਹੜਾ ਮੈਂ, ਤੇ ਮੈਨੂੰ ਡਿਪੋਰਟ ਕਰਨ ਲੱਗੇ ਆ। ਗੱਲ ਵਿੱਚ ਕੋਈ ਹੋਰ ਆ ਤੁਹਾਨੂੰ ਮੈਂ ਦੱਸਦਾ ਕਲੀਅਰ ਕਰਕੇ, ਸੰਧੂ ਅਸਾਈਨਮੈਂਟ ਦੀ ਅਪੋਇੰਟਮੈਂਟ ਅਪੋਇੰਟਮੈਂਟ ਕਹਿਣਾ, ਸੰਧੂ ਅਸਾਈਨਮੈਂਟ ਵਾਲਿਆਂ ਦੀ ਤਾਂ ਪ੍ਰਮੋਸ਼ਨ ਤਾਂ ਏਂਜਲ ਵੀ ਕਰਦੀ ਸੀਗੀ, ਉਹ ਕਿੱਦਾਂ ਪਾਸ ਹੋ ਗਈ ਫਿਰ? ਬਦੋ ਕਰਮੀਤਾ ਆਪਣੀ, ਉਹ ਹਲੇ ਤੱਕ ਵੀ ਕਰੀ ਜਾਂਦੀ ਹੈ, ਮੇਰੇ ਰਿਜ਼ਲਟ ਆ ਗਏ ਆ ਫਿਰ ਵੀ ਕਰੀ ਜਾਂਦੀ ਪ੍ਰਮੋਸ਼ਨ, ਉਹਨੂੰ ਤਾਂ ਕੋਈ ਫਿਕਰ ਨਹੀਂ। ਗੱਲ ਪਤਾ ਕੀ ਹੈਗੀ, ਇਹ ਹੋ ਗਈ ਫੇਲ, ਹੁਣ ਇਹਨੂੰ ਪਤਾ ਆ ਕਿ ਮੈਂ ਲੋਕਾਂ ਨੂੰ ਕੀ ਕਹਾਂ, ਮੈਂ ਫੇਲ ਹੋ ਗਈ ਹਾਂ, ਤਾਂ ਜੇ ਮੈਂ ਤਾਂ ਕਹਿ ਤਾ ਲੋਕਾਂ ਨੇ ਜਿਹੜਾ ਸ਼ਗਨ ਪਾਉਣਾ ਕਮੈਂਟਾਂ ਵਿੱਚ, ਫਿਰ ਕੋਈ ਜ਼ਰਾ ਨਹੀਂ ਜਾਣਾ ਹੈਗਾ। ਤਾਂ ਕਰਕੇ ਇਹਨੇ ਗੇਮ ਘੁਮਾਈ ਸਾਰੀ ਕਿ ਮੈਂ ਹੁਣ ਇਹ ਕਹਿੰਦੀ ਹਾਂ ਕਿ ਮੈਂ ਉਹ ਪ੍ਰਮੋਸ਼ਨ ਕੀਤੀ ਸੀ ਉਹਦੇ ਕਰਕੇ ਮੈਨੂੰ ਨਾ ਡਿਪੋਰਟ ਕਰਨ ਲੱਗੀ ਹੈ। ਗੱਲ ਵਿੱਚ ਇਹ ਹੈ ਕਿ ਫੇਲ ਹੋ ਗਈ ਹੈ। ਹੋ ਗਿਆ ਨਾ ਇਹ ਕੇਸ ਵਗੈਰਾ, ਤੁਹਾਡੀ ਟਿਕਟ ਬਹੁਤ ਮਹਿੰਗੀ ਹੈ। ਓ ਯਾਰ ਉਹ ਕੁਛ ਨਹੀਂ, ਮਹਿੰਗਾ ਸਸਤਾ ਬਸ ਨਹੀਂ ਹੁੰਦਾ, ਮਹਿੰਗਾ ਸਸਤਾ ਇਹ ਨਹੀਂ ਕਹਿੰਦਾ ਪਾਪਾ ਇਹਦਾ ਕਿ ਆਇਆ ਤੇਰਾ ਵਿਆਹ ਕਰੀਏ ਦੂਜੀ ਵਾਰ ਕਿਤੇ, ਕਹਿੰਦਾ ਨਹੀਂ ਸਾਰੀ ਉਮਰ ਪਈ ਕਮਾਉਣ ਨੂੰ, ਤੂੰ ਸਾਰਾ ਸਾਰੀ ਉਮਰ ਕੁੜੀ ਦੀ ਕਮਾਈ ਖਾਣੀ ਹੈ, ਆਪ ਵੀ ਕੁਛ ਕਰ ਲੈ। ਸੋਹਣੀ ਅਵਰ ਤੂੰ ਕੱਲ੍ਹ ਲੈ ਗਈ ਆ ਯਾਰ, ਕਮਾਲ ਆ ਯਾਰ ਬੰਦਾ ਯਾਰ, ਤੂੰ ਤਾਂ ਪੁੱਛਦੀ ਕਾ ਤੁਹਾਨੂੰ ਸੁਣਨੀ ਤਾਂ ਹੁੰਦੀ ਨਹੀਂ, ਕੁਝ ਨੀ ਇੰਦਰ ਵੀਰੇ, ਪੈਸੇ ਵੀ ਠੰਡ ਤੇ ਬੇਚਤੀ, ਜਿੰਨੀ ਮਹਿਸੂਸ ਕਰੋ ਉਨੀ ਲੱਗਦੀ ਹੈ। ਲੈ ਵੀ ਲੈ ਪਰ ਜਾਈ, ਸਾਡੀ ਦਬਦੀ ਕਿੱਥੇ ਆ ਫੇਰ, ਦੇਖ ਲੈ ਚੱਕ ਲਈ ਨਾ ਬੈਗ, ਦਬਦੀ ਕਿੱਥੇ ਆ। ਮੇਰੇ ਦਿਲ ਮੈਂ ਬਹੁਤ ਦਰਦ ਹੈ, ਮੈਂ ਨਾ ਹੁੱਡੀ ਲੈ ਰਿਹਾ ਸੀ, ਉਹ ਕਹਿੰਦੀ $10 ਤੁਹਾਨੂੰ ਹੋਰ ਡਿਸਕਾਊਂਟ ਮਿਲਦੀ ਜੇ ਤੁਸੀਂ $4 ਹੋਰ ਸਪੈਂਡ ਕਰੋਗੇ। ਇਹ ਭੱਜ ਕੇ ਆਪਦੀ ਜੈਕਟ ਚੱਕ ਲਈ, ਕਾਊਂਟਰ ਤੇ ਲਿਆ ਕੇ ਰੱਖ ਦਿੰਦੀ ਆ, ਫਿਰ ਨਾ ਬੰਦਾ ਨਾ ਕਰਨ ਜੋਗਾ ਉਹਨਾਂ ਦੇ ਸਾਹਮਣੇ। ਬਸ ਸਹੀ ਆ ਸਕੀਮ ਹੈ, ਇਹਦੇ ਗਰੀਬ ਦੇ ਹਾਲਾਤ ਦੇਖ ਕੇ ਲੱਗਦਾ ਮੈਨੂੰ ਇਹਨੂੰ ਰਾਤੀ ਵੀ ਨਹੀਂ ਦਿੰਦੀ ਹੋਣੀ। ਮੇਰੀ ਵਾਈਫ ਦੇ ਨਾਲ ਜਦੋਂ ਕਹਿਣਾ ਕਿ ਤੂੰ ਮੇਰੇ ਕੋਲ ਆ ਕੇ ਸੋ, ਤੇ ਅੱਗੋਂ ਮੈਨੂੰ ਪਤਾ ਕੀ ਜਵਾਬ ਮਿਲਦਾ ਸੁਣਨ ਲਈ ਕਿ ਮੈਂ ਸਵੇਰੇ ਬਾਈਬਲ ਪੜ੍ਹਨੀ ਹੁੰਦੀ ਹੈ, ਤੇਰਾ ਦਿਲ ਕਰਦਾ ਜਦੋਂ ਮੈਨੂੰ ਵਾਈ ਮਾਰ ਲੈਣਾ। ਨਹੀਂ ਇਹ ਵਿਚਾਰੇ ਤੇ ਤੜੇ ਤੇ ਸੱਚੀ ਦਾ ਦਿਲ ਹੱਥ ਨੇ। ਅੱਜ ਦਾ ਮੌਸਮ ਦੇ ਬਾਅਦ ਤੁਹਾਨੂੰ ਮੈਂ ਦੱਸ ਰਿਹਾ ਵੀ ਅੱਜ ਦਾ ਬਾਹਰ ਵਾਲਾ ਮੌਸਮ ਬੱਤਰ ਹੋਣੇ, ਲਾਈਕ ਮੈਂ ਸ਼ੋਅ ਯੂ ਗਾਇਸ ਸਹੀ ਹੈ। ਸਿੱਧਾ ਕਹਿਣਾ ਤੈਨੂੰ ਚੇਤੇ ਕਰਨ ਦੇ, ਐਵੇਂ ਬੁਝਾਰਤੇ ਜੀ ਕਿਉਂ ਪਾਈ ਜਾਂਦੀ ਪਈ ਆ? ਫਿਰ ਕਹਿੰਦੀ ਲੋਕੀ ਮੈਨੂੰ ਗਸ਼ਤੀ ਗਸ਼ਤੀ ਕਹਿੰਦੇ ਆ, ਗਸ਼ਤੀ ਨਾ ਕਹੀ ਔਰ ਤੈਨੂੰ ਦੇਵੀ ਮਾਤਾ ਤਾਰ ਗਈ ਹੈ। ਮਜ਼ਾ ਆਇਆ, ਔਰ ਮੈਂ ਇਹ ਜੋ ਮਜ਼ਾ ਹੈ ਹਿੰਦੁਸਤਾਨ ਕੇ ਹਰ ਵਿਅਕਤੀ ਕੋ ਦੇਣਾ ਚਾਹਤਾ।